ਦਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਦੇ ਨਿਜ਼ਾਮਪੁਰਾ ਗੁਰਦੁਆਰਾ ਸਾਹਿਬ ਵਿਖੇ ਕਥਿਤ ਤੌਰ ਤੇ ਬੇਅਦਬੀ ਦੀ ਘਟਨਾ ਦੇ ਨਾਲ ਜੁੜੀ ਹੋਈ ਹੈ ਇਸ ਘਟਨਾ ਦੇ ਵਿੱਚ ਤਾਜ਼ਾ ਅਪਡੇਟ ਇਹ ਹੈ ਕਿ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਅਮਰਜੀਤ ਸਿੰਘ ਖਿਲਾਫ ਦਫਾ 302 ਤੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਮਰਜੀਤ ਸਿੰਘ ਗੁਰੂ ਘਰ ਦੇ ਉਹੀ ਮੁੱਖ ਸੇਵਾਦਾਰ ਨੇ ਜਿਨ੍ਹਾਂ ਨੇ ਲਾਈਵ ਹੋ ਕੇ ਫੇਸਬੁੱਕ ਤੇ ਲਾਈਵ ਹੋ ਕੇ ਐਤਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ ਕਿ ਇੱਕ ਨੌਜਵਾਨ ਬੇਅਦਬੀ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਸਵੇਰੇ ਇਹ ਤੜਕੇ ਉੱਠਦੇ ਨੇ ਤਾਂ ਉਸ ਵਕਤ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹਨਾਂ ਨੇ ਨੌਜਵਾਨ ਨੂੰ ਫੜ ਕੇ ਪੁੱਛਿਆ ਤੇ ਫਿਰ ਇਹਨਾਂ ਨੇ ਸਿੱਖ ਸੰਗਤ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਦੀ ਅਪੀਲ ਕੀਤੀ ਸੀ ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਉਹ ਪਹੁੰਚ ਗਏ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਵੀ ਪਹੁੰਚ ਗਏ ਸੀ ਅਤੇ ਉਕਤ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਘਟਨਾ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਜਦੋਂ ਪੁਲਿਸ ਕਹਿ ਰਹੀ ਹੈ ਕਿ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਤੋਂ ਪਹਿਲਾਂ ਅੱਜ ਸਵੇਰੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਦਾਵਾ ਕਰਦਿਆਂ ਕਿਹਾ ਸੀ ਕਿ ਕਪੂਰਥਲੇ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੀ ਨਹੀਂ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਕਪੂਰਥਲਾ ਦੇ ਵਿੱਚ ਬੇਅਦਬੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਇਹ ਕਤਲ ਦਾ ਮਾਮਲਾ ਹੈ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਅਸੀਂ ਇਸ ਦੇ ਵਿੱਚ ਕਤਲ ਦਾ ਕੇਸ ਦਰਜ ਕਰਨ ਜਾ ਰਹੇ ਹਾਂ ਕਪੂਰਥਲਾ ਮੇ ਬਾਤ ਅੱਗੇ ਵੱਧ ਰਹੀ ਹੈ। ਵਹਾਂ ਕੋਈ ਪੰਜਾਬੀ ਚ ਬੋਲਦਾ ਜੀ ਤੁਸੀਂ ਜਾਣਦੇ ਹੋ। ਹਾਂ ਜੀ ਅਨੁਜਮ ਗੁਰੂ ਕਪੂਰਥਲਾ ਦੇ ਵਿੱਚ ਜਿਹੜਾ ਬੇਅਦਬੀ ਦੀ ਗੱਲ ਹੋਈ ਹੈ ਉਹ ਸਾਨੂੰ ਬੇਅਦਬੀ ਦੀ ਕੋਈ ਉੱਥੇ ਗੱਲ ਨਹੀਂ ਮਿਲੀ। ਤੇ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੈ ਕਿ ਬੇਅਦਬੀ ਹੋਈ ਹੈ। ਉਹ ਇੱਕ ਬੰਦਾ ਆਪਣੇ ਘਰ ਦੇ ਉੱਪਰ ਮਹਾਰਾਜ ਦੀ ਸਵਾਰੀ ਨੂੰ ਨਾਲ ਰੱਖਿਆ ਹੋਇਆ ਹੈ। ਥੱਲੇ ਉਹ ਆਪ ਰਹਿੰਦੇ ਐ ਤੇ ਇਹ ਗੱਲ ਕਤਲ ਵਾਲੂ ਗਈ ਐ ਇਹ ਇਸ ਕਰਕੇ ਐਸਡੀ ਇਨਕੁਆਰੀ ਚੱਲ ਰਹੀ ਐ ਜੋ ਸਾਹਮਣੇ ਆਏਗਾ ਅੱਜ ਉਮੀਦ ਐ ਉਸਦੇ ਤਾਰਾ ਹੋ ਜਾਏਗਾ ਐਸੀ ਇਹ ਮਾਮਲਾ ਟ੍ਰੇਸ ਕਰ ਲਿਆ ਹੈ ਇਸ ਮਸਲੇ ਨੂੰ ਐਸੀ ਹੱਲ ਕਰ ਲਿਆ ਹੈ ਤੇ ਅੱਜ ਹੱਲ ਦੇ ਮੁਤਾਬਕ FIR ਰਿਮੈਂਡ ਕਰ ਦਿੱਤਾ ਜਾਏ ਐਤਵਾਰ ਨੂੰ ਜਦੋਂ ਇਹ ਘਟਨਾ ਵਾਪਰੀ ਸੀ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰਨ ਤੋਂ ਦੂਸਰੇ ਦਿਨ ਐਤਵਾਰ ਨੂੰ ਇਹ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੀ ਹੈ ਕਿ ਇਹ ਚੋਰੀ ਦਾ ਮਾਮਲਾ ਲੱਗਦਾ ਹੈ ਬੇਅਦਬੀ ਦਾ ਕੋਈ ਸਬੂਤ ਨਹੀਂ ਮਿਲਿਆ ਉਦੋਂ ਵੀ ਖਾਸ ਤੌਰ ਤੇ ਸਿੱਖ ਪਾਈਚਾਰੇ ਨੇ ਇਤਰਾਜ਼ ਪ੍ਰਗਟ ਕੀਤਾ ਸੀ ਕਿ ਪੁਲਿਸ ਜਾਣਬੁੱਝ ਕੇ ਇਸ ਨੂੰ ਚੋਰੀ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖ ਪਾਈਚਾਰੇ ਦੇ ਇੱਥੇ ਆਪਣੇ ਤਰਕ ਸੀ ਜਿਹੜੇ ਕਿਤੇ ਨਾ ਕਿਤੇ ਸਹੀ ਵੀ ਜਾਪਦੇ ਸੀ ਖੈਰ ਪੁਲਿਸ ਦੀ ਮੁਕੰਮਲ ਜਦੋਂ ਜਾਂਚ ਹੋ ਜਾਏਗੀ ਉਦੋਂ ਹੀ ਸ਼ਾਇਦ ਕਿਤੇ ਨਾ ਕਿਤੇ ਇਸ ਗੱਲ ਤੋਂ ਪੜਦਾ ਉੱਠੂਗਾ ਕਿ ਕੌਣ ਇਸ ਘਟਨਾ ਦੇ ਪਿੱਛੇ ਹੈ ਕਿ ਇਹ ਬੇਅਦਬੀ ਦੀ ਸਾਜ਼ਿਸ਼ ਸੀ ਇਥੇ ਬੇਅਦਬੀ ਹੋਈ ਸੀ ਜਾਂ ਨਹੀਂ ਹੋਈ ਸੀ ਕਿ ਸੱਚਮੁੱਚ ਇਹ ਚੋਰੀ ਦਾ ਮਾਮਲਾ ਸੀ ਤੇ ਕਤਲ ਦਾ ਮਾਮਲਾ ਸੀ ਇਸ ਘਟਨਾ ਤੋਂ ਪਰਦਾ ਉਠਣਾ ਹਾਲੇ ਬਾਕੀ ਹੈ ਪਰ ਇੱਕ ਵੱਡਾ ਮੋੜ ਇਸ ਘਟਨਾ ਦੇ ਵਿੱਚ ਆਉਣ ਤੋਂ ਬਾਅਦ ਹੁਣ ਚਰਚਾ ਜ਼ਰੂਰ ਛਿੜੇਗੀ ਬਿਊਰੋ ਰਿਪੋਰਟ ਦਾ ਖਾਲਸ ਟੀਵੀ